ਲੰਬੇ ਖੂਬਸੂਰਤ ਕਾਲੇ ਬਾਲ ਹਰੇਕ ਨੂੰ ਪਸੰਦ ਨੇ ਤੇ ਅੱਜ ਦੇ ਟਾਈਮ ਵਿੱਚ ਬਹੁਤ ਵੱਡੀ ਪ੍ਰੋਬਲਮ ਬਣੇ ਹੁੰਦੇ ਨੇ ਝੜਦੇ ਬਾਲ। ਜੀ ਹਾਂ, ਸੋ ਇਹ ਪਰੇਸ਼ਾਨੀ ਨੂੰ ਦੂਰ ਕਰਨ ਲਈ ਕਈ ਤਾਂ ਬਹੁਤ ਮਹਿੰਗੇ ਮਹਿੰਗੇ ਪ੍ਰੋਡਕਟਸ ਵੀ ਯੂਜ਼ ਕਰਦੇ ਨੇ, ਚਾਹੇ ਆਪਾਂ ਹੇਅਰ ਆਇਲਸ ਦੀ ਗੱਲ ਕਰ ਲਈਏ, ਚਾਹੇ ਸ਼ੈਂਪੂ ਦੀ ਗੱਲ ਕਰੀਏ, ਕੰਡੀਸ਼ਨਰ ਦੀ ਗੱਲ ਕਰੀਏ, ਪਰ ਸਾਨੂੰ ਮੇਨ ਫੋਕਸ ਆਪਣੀ ਡਾਇਟ ਤੇ ਵੀ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਸਿਰਫ ਬਾਹਰੋਂ ਕੋਈ ਪ੍ਰੋਡਕਟ ਯੂਜ਼ ਕਰਕੇ ਤੁਸੀਂ ਆਪਣੇ ਹੇਅਰਸ ਨੂੰ ਹੈਲਦੀ ਨਹੀਂ ਬਣਾ ਸਕਦੇ ਹੋ। ਤੇ ਸਾਨੂੰ ਆਪਣੀ ਡਾਇਟ ਵਿੱਚ ਕੀ ਕੁਝ ਸ਼ਾਮਿਲ ਕਰਨਾ ਚਾਹੀਦਾ, ਇਸ ਉੱਪਰ ਗੱਲ ਕਰਨ ਜਾ ਰਹੀ ਹਾਂ ਕਿ 5 ਵਿਟਾਮਿਨਸ ਤੁਹਾਡੀ ਡਾਇਟ ਵਿੱਚ ਜ਼ਰੂਰ ਹੋਣੇ ਚਾਹੀਦੇ ਨੇ ਜੇਕਰ ਤੁਸੀਂ ਆਪਣੇ ਹੇਅਰ ਗਰੋਥ ਚਾਹੁੰਦੇ ਹੋ ਜਾਂ ਵਾਲ ਬਹੁਤ ਜ਼ਿਆਦਾ ਟੁੱਟ ਰਹੇ ਨੇ, ਝੜ ਰਹੇ ਨੇ, ਉਸ ਤੋਂ ਬਚਣਾ ਚਾਹੁੰਦੇ ਹੋ ਤੇ ਤੁਹਾਡੀ ਹੇਅਰ ਗਰੋਥ ਵਧੀਆ ਬਣੀ ਰਹੇ ਜਾਂ ਬ੍ਰੇਕੇਜ ਜ਼ਿਆਦਾ ਨਾ ਹੋਵੇ ਤੇ ਹੈਲਦੀ ਹੇਅਰ ਤੁਹਾਨੂੰ ਜ਼ਰੂਰ ਮਿਲਣ, ਇਸ ਉੱਪਰ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ। ਧਿਆਨ ਨਾਲ ਸਾਰੀ ਗੱਲ ਜ਼ਰੂਰ ਸੁਣ ਲਿਓ, ਬੜੀ ਹੀ ਈਜ਼ੀ ਜਿਹੀਆਂ ਚੀਜ਼ਾਂ ਨੇ। ਅਗਰ ਤੁਸੀਂ ਇਹ ਵਿਟਾਮਿਨਸ ਆਪਣੀ ਡਾਇਟ ਦੇ ਜ਼ਰੀਏ ਡੇਲੀ ਖਾ ਰਹੇ ਹੋ ਤਾਂ ਤੁਸੀਂ ਦੇਖੋਗੇ ਸਿਰਫ ਤੁਹਾਡੇ ਹੇਅਰਸ ਹੀ ਨਹੀਂ, ਤੁਹਾਡੀ ਸਕਿਨ ਵੀ ਬਹੁਤ ਵਧੀਆ ਹੋਣ ਵਾਲੀ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਵਿਟਾਮਿਨ ਏ ਦੀ। ਵਿਟਾਮਿਨ ਏ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਵਾਲ ਟੁੱਟ ਰਹੇ ਨੇ, ਝੜ ਰਹੇ ਨੇ, ਤੇ ਇਹ ਸਾਡੀ ਹੇਅਰ ਗਰੋਥ ਨੂੰ ਵੀ ਵਧੀਆ ਬਣਾਉਣ ਦੇ ਵਿੱਚ ਮਦਦ ਕਰਦਾ ਹੈ। ਤੇ ਇਸਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੀ ਕੁਝ ਖਾਣਾ। ਦੇਖੋ, ਹਰ ਕੋਈ ਕਹਿੰਦਾ ਠੀਕ ਹੈ ਵਿਟਾਮਿਨ ਸਾਨੂੰ ਪਤਾ ਲੱਗ ਗਏ, ਪਰ ਅਸੀਂ ਖਾਈਏ ਕੀ, ਸਾਨੂੰ ਇਹ ਦੱਸੋ। ਸੋ ਵਿਟਾਮਿਨ ਏ ਤੁਹਾਨੂੰ ਮਿਲ ਜਾਂਦਾ ਹੈ ਜਿੰਨੀਆਂ ਵੀ ਕਲਰਫੁਲ ਸਬਜ਼ੀਆਂ ਨੇ, ਤੁਸੀਂ ਹੁਣ ਖੁਦ ਅੰਦਾਜ਼ਾ ਲਗਾ ਲਓ, ਜਿਵੇਂ ਗਾਜਰਾਂ ਹੁੰਦੀਆਂ ਹੈ, ਕੈਪਸੀਕਮ ਹੈ, ਯੈਲੋ ਕਲਰ ਦੀ ਹੈ, ਗ੍ਰੀਨ ਹੈ, ਰੈੱਡ ਹੈ, ਇਹ ਚੀਜ਼ਾਂ ਤੁਸੀਂ ਖਾ ਸਕਦੇ ਹੋ। ਨਾਲ ਦੀ ਨਾਲ ਅਗਰ ਆਪਾਂ ਜਿਹੜੇ ਨੋਨ ਵੈਜੀਟੇਰੀਅਨ ਨੇ ਐਗ ਖਾ ਸਕਦੇ ਨੇ ਤਾਂ ਐਗ ਯੋਕ, ਤੁਸੀਂ ਇੱਕ ਐਗ ਦਾ ਐਗ ਯੋਕ ਹੀ ਤੁਸੀਂ ਖਾਣਾ ਹੈ, ਕਿਉਂਕਿ ਇਸਦੇ ਵਿੱਚ ਫੈਟ ਵੀ ਹੁੰਦਾ ਹੈ। ਤੇ ਇਹ ਨਹੀਂ ਹੈ ਕਿ ਤੁਸੀਂ ਸੋਚੋ ਹੁਣ ਹੇਅਰ ਅੱਛੇ ਕਰਨੇ ਆ ਤਾਂ ਅਸੀਂ ਐਗ ਯੋਕ ਹੀ ਬਹੁਤ ਖਾ ਲੈਂਦੇ ਹਾਂ। ਸੋ ਜਿੰਨੇ ਵੀ ਅਸੀਂ ਆਪਾਂ ਅਡਲਟਸ ਦੀ ਗੱਲ ਕਰ ਲਈਏ, ਇੱਕ ਐਗ ਯੋਕ ਖਾਣਾ ਹੈ, ਪਰ ਜਿਨ੍ਹਾਂ ਨੂੰ ਕੋਲੈਸਟ੍ਰੋਲ ਦੀ ਪ੍ਰੋਬਲਮ ਹੈ, ਓਵਰ ਵੇਟ ਤੁਸੀਂ ਚੱਲ ਰਹੇ ਹੋ, ਤਾਂ ਤੁਸੀਂ ਐਗ ਯੋਕ ਨਹੀਂ ਖਾਣਾ ਹੈ। ਵਿਟਾਮਿਨ ਏ ਦੇ ਲਈ ਹੋਰ ਵੀ ਢੇਰ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਖਾ ਕੇ ਤੁਸੀਂ ਆਪਣੀ ਹੇਅਰ ਗਰੋਥ ਵਧੀਆ ਬਣਾ ਸਕਦੇ ਹੋ। ਫਿਸ਼ ਹੈ, ਗਾਜਰ ਦੀ ਮੈਂ ਗੱਲ ਕਰ ਚੁੱਕੀ ਹਾਂ, ਪੰਪਕਿਨ ਹੈ, ਪਾਲਕ, ਦੇਖੋ ਪਾਲਕ ਤਾਂ ਬਹੁਤ ਸਾਰੇ ਗੁਣਾਂ ਨਾਲ ਭਰੀ ਹੁੰਦੀ ਹੈ, ਸੋ ਪਾਲਕ ਨੂੰ ਵੀ ਯੂਜ਼ ਕੀਤਾ ਜਾ ਸਕਦਾ ਹੈ। ਅਗਰ ਆਪਾਂ ਫਰੂਟਸ ਦੀ ਗੱਲ ਕਰੀਏ, ਮੈਂਗੋ ਹੈ, ਜਿੰਨੇ ਵੀ ਕਲਰਸ ਸਾਨੂੰ ਮਿਲਦੇ ਨੇ ਆਪਣੀ ਡਾਇਟ ਵਿੱਚ ਸ਼ਾਮਿਲ ਕਰੋ, ਸੋ ਉਹਨਾਂ ਸਭ ਦੇ ਵਿੱਚ ਤੁਹਾਨੂੰ ਵਿਟਾਮਿਨ ਏ ਮਿਲਣ ਜਾ ਰਿਹਾ। ਅਗਲੇ ਆਪਾਂ ਵਿਟਾਮਿਨ ਦੀ ਗੱਲ ਕਰੀਏ ਤਾਂ ਉਹ ਹੈ ਵਿਟਾਮਿਨ ਬੀ। ਵਿਟਾਮਿਨ ਬੀ ਕੰਪਲੈਕਸ ਬਹੁਤ ਸਾਰੇ ਕੰਮਾਂ ਦੇ ਵਿੱਚ ਮਦਦ ਕਰਦਾ, ਸਾਡੀ ਡੇਲੀ ਰੂਟੀਨ ਦੇ ਵਿੱਚ। ਹੇਅਰ ਗਰੋਥ ਦੀ ਤਾਂ ਮੈਂ ਗੱਲ ਕਰ ਰਹੀ ਹਾਂ, ਵੈਸੇ ਵੀ ਅਗਰ ਤੁਸੀਂ ਬੋਡੀ ਨੂੰ એનર્ਜੀ ਫੀਲ ਨਹੀਂ ਹੋ ਰਹੀ ਹੈ, ਖਾ ਪੀ ਤਾਂ ਅਸੀਂ ਬਹੁਤ ਰਹੇ ਹਾਂ, ਲੇਕਿਨ ਉਹ ਜਿਹੜਾ ਖਾਣਾ ਪੀਣਾ ਸਾਡੀ ਡਾਇਟ ਹੈ એનર્ਜੀ ਵਿੱਚ ਕਨਵਰਟ ਨਹੀਂ ਹੋ ਪਾ ਰਹੀ ਹੈ, ਤਾਂ ਤੁਸੀਂ ਇਹ ਸਮਝ ਲਓ ਕਿ ਤੁਹਾਡੇ ਬੋਡੀ ਦੇ ਵਿੱਚ ਵਿਟਾਮਿਨ ਬੀ ਕੰਪਲੈਕਸ ਦੀ ਕਮੀ ਜ਼ਰੂਰ ਚੱਲ ਰਹੀ ਹੈ। ਅਲੱਗ ਅਲੱਗ ਤਰ੍ਹਾਂ ਦੇ ਬੀ, ਵਿਟਾਮਿਨ B12 ਹੈ, ਵਿਟਾਮਿਨ B6 ਹੈ, B2 ਹੈ, ਸੋ ਕਈ ਤਰ੍ਹਾਂ ਦੇ ਹੁੰਦੇ ਆ, ਤੇ ਇਸ ਲਈ ਵਿਟਾਮਿਨ ਬੀ ਕੰਪਲੈਕਸ ਤੁਹਾਨੂੰ ਮਿਲਣਾ ਕਿੱਥੋਂ ਹੈ ਵੀ ਤੁਸੀਂ ਜਾਣ ਲਓ। ਹਰੀਆਂ ਸਬਜ਼ੀਆਂ ਦੇ ਵਿੱਚ ਤੁਹਾਨੂੰ ਭਰ ਭਰ ਕੇ ਵਿਟਾਮਿਨ ਬੀ ਮਿਲ ਰਿਹਾ ਹੈ, ਤਾਂ ਤੁਸੀਂ ਇਸਨੂੰ ਖਾਓ। ਡੇਰੀ ਪ੍ਰੋਡਕਟ ਹੈ, ਦੁੱਧ ਹੈ, ਦਹੀਂ ਹੈ, ਇਹ ਵੀ ਤੁਸੀਂ ਰੋਜ਼ਾਨਾ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਿਲ ਕਰੋ। ਦੇਖੋ, ਜਿਹੜਾ ਵਿਟਾਮਿਨ ਬੀ ਦੀ ਆਪਾਂ ਗੱਲ ਕਰਦੇ ਹਾਂ, ਤੇ ਇਹ ਜਿਹੜਾ ਸਾਡੇ ਬੋਡੀ ਦੇ ਵਿੱਚ ਕੋਲੇਜਨ ਦੀ ਪ੍ਰੋਡਕਸ਼ਨ ਦੇ ਵਿੱਚ ਮਦਦ ਕਰਦਾ ਹੈ। ਕੋਲੇਜਨ ਇੱਕ ਤਰ੍ਹਾਂ ਦਾ ਪ੍ਰੋਟੀਨ ਹੈ, ਉਹ ਜੋ ਖਾਸ ਤੌਰ ਤੇ ਸਾਡੇ ਹੇਅਰ ਗਰੋਥ ਦੇ ਲਈ ਬਹੁਤ ਜ਼ਰੂਰੀ ਹੈ, ਈਵਨ ਸਾਡੀ ਸਕਿਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਅਸੀਂ ਅੱਜ ਕੱਲ੍ਹ ਦੇਖ ਰਹੇ ਹਾਂ ਕੋਲੇਜਨ ਦੇ ਕਈ ਤਰ੍ਹਾਂ ਦੇ ਪ੍ਰੋਡਕਟਸ ਵੀ ਮਾਰਕੀਟ ਦੇ ਵਿੱਚ ਆ ਚੁੱਕੇ ਨੇ, ਪਰ ਜੇਕਰ ਤੁਸੀਂ ਆਪਣੀ ਡਾਇਟ ਦੇ ਵਿੱਚ ਵਿਟਾਮਿਨ ਬੀ, ਵਿਟਾਮਿਨ ਸੀ, ਇਸ ਤਰ੍ਹਾਂ ਦੇ ਵਿਟਾਮਿਨਸ ਰੱਖਦੇ ਹੋ, ਤਾਂ ਕੋਲੇਜਨ ਅੱਛੀ ਮਾਤਰਾ ਵਿੱਚ ਤੁਹਾਡੀ ਬੋਡੀ ਵਿੱਚ ਬਣਨਾ ਸ਼ੁਰੂ ਹੋ ਜਾਏਗਾ। ਸੋ ਤੁਸੀਂ ਜ਼ਰੂਰ ਵਿਟਾਮਿਨ ਬੀ ਨੂੰ ਆਪਣੀ ਡਾਇਟ ਵਿੱਚ ਵੀ ਸ਼ਾਮਿਲ ਕਰਨਾ ਹੈ। ਡੇਰੀ ਪ੍ਰੋਡਕਟ ਦੀ ਆਪਾਂ ਗੱਲ ਕੀਤੀ ਹੈ, ਮਿਲਕ ਦੀ ਗੱਲ ਕੀਤੀ, ਦਹੀਂ ਦੀ ਗੱਲ ਕੀਤੀ ਹੈ, ਪਲਾਂਟ ਬੇਸਡ ਮਿਲਕ ਵੀ ਤੁਸੀਂ ਖਾ ਸਕਦੇ ਹੋ। ਇਸ ਤੋਂ ਇਲਾਵਾ ਮਸ਼ਰੂਮਸ ਹੈ, ਹਰੀਆਂ ਸਬਜ਼ੀਆਂ, ਚਿਕਨ, ਦਾਲਾਂ, ਸਾਡੀ ਅਗਰ ਤੁਸੀਂ ਦੇਖੋ ਨਾ, ਅਗਰ ਜਿੰਨਾ ਤੁਸੀਂ ਘਰ ਦਾ ਖਾਣਾ ਖਾਓਗੇ, ਸਾਫ਼ ਸੁਥਰਾ, ਫਰੈਸ਼ ਬਣਿਆ ਹੋਇਆ, ਆਪਣੀ ਰਸੋਈ ਵਿੱਚ ਤਿਆਰ ਕੀਤਾ ਹੋਇਆ, ਤਾਂ ਤੁਹਾਨੂੰ ਸੋ ਭਰ ਭਰ ਕੇ ਢੇਰ ਸਾਰੇ ਵਿਟਾਮਿਨਸ ਮਿਲ ਰਹੇ ਹੁੰਦੇ ਨੇ। ਤੇ ਇਸ ਲਈ ਤੁਸੀਂ ਹਰੀਆਂ ਸਬਜ਼ੀਆਂ ਡੇਲੀ ਆਪਣੀ ਡਾਇਟ ਵਿੱਚ ਜ਼ਰੂਰ, ਫਰੈਸ਼ ਤਾਜ਼ਾ ਬਣੀਆਂ ਘਰ ਦੇ ਵਿੱਚ ਸਬਜ਼ੀਆਂ
ਖਾਓ, ਉਸਦੇ ਨਾਲ ਤੁਹਾਡੇ ਵਿਟਾਮਿਨ ਕੰਪਲੀਟ ਹੋਣੇ ਜ਼ਰੂਰ ਸ਼ੁਰੂ ਹੋ ਜਾਣਗੇ। ਹੁਣ ਤੱਕ ਆਪਾਂ ਗੱਲ ਕੀਤੀ ਹੈ ਵਿਟਾਮਿਨ ਏ ਦੀ, ਵਿਟਾਮਿਨ ਬੀ ਦੀ, ਨੈਕਸਟ ਵਿਟਾਮਿਨ ਦੀ ਆਪਾਂ ਗੱਲ ਕਰੀਏ ਤਾਂ ਵਿਟਾਮਿਨ ਡੀ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਲਾਂਕਿ ਇੱਕ ਵੀਡੀਓ ਵਿੱਚ ਮੈਂ ਪ੍ਰੋਪਰ ਦੱਸਿਆ ਕਿ ਅਸੀਂ ਹੱਡੀਆਂ ਦੀ ਜਦੋਂ ਗੱਲ ਕਰਦੇ ਹਾਂ, ਹੱਡੀਆਂ ਦੀ ਮਜ਼ਬੂਤੀ ਦੀ ਗੱਲ ਕਰਦੇ ਹਾਂ ਜਾਂ ਬੋਡੀ ਪੇਨ ਦੀ ਗੱਲ ਕਰਦੇ ਹਾਂ, ਤਾਂ ਵੀ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ। ਤੇ ਜੇਕਰ ਤੁਹਾਡਾ ਹੇਅਰ ਫਾਲ ਹੋ ਰਿਹਾ, ਹੇਅਰ ਗਰੋਥ ਸਹੀ ਤਰ੍ਹਾਂ ਨਹੀਂ ਹੋ ਪਾ ਰਹੀ ਹੈ, ਵਾਲ ਝੜਦੇ ਹੀ ਜਾ ਰਹੇ ਨੇ ਤੇ ਨਵੀਂ ਗਰੋਥ ਨਹੀਂ ਹੋ ਪਾ ਰਹੀ ਹੈ, ਤਾਂ ਉੱਥੇ ਵੀ ਵਿਟਾਮਿਨ ਡੀ ਦੀ ਕਮੀ ਜ਼ਰੂਰ ਹੋ ਸਕਦੀ ਹੈ। ਸੋ ਵਿਟਾਮਿਨ ਡੀ ਨੂੰ ਪੂਰਾ ਕਰਨ ਦੇ ਲਈ ਸਭ ਤੋਂ ਚੰਗਾ ਹੁੰਦਾ ਹੈ ਸਵੇਰੇ ਸਵੇਰੇ ਜਦੋਂ ਸੂਰਜ ਚੜ੍ਹਦਾ ਹੀ ਹੈ ਉਦੋਂ ਹੀ ਤੁਸੀਂ ਜੋ ਹੈ ਇੱਕ ਘੰਟਾ ਉਸ ਪਹਿਲੇ ਇੱਕ ਦੋ ਘੰਟੇ ਦੇ ਵਿੱਚ, ਅੱਧਾ ਘੰਟਾ ਵੀ ਅਗਰ ਉਸ ਧੁੱਪ ਦੇ ਵਿੱਚ ਬੈਠਦੇ ਹੋ ਤਾਂ ਤੁਹਾਨੂੰ ਵਿਟਾਮਿਨ ਡੀ ਅੱਛੀ ਮਾਤਰਾ ਵਿੱਚ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਅਸੀਂ ਅੱਜ ਕੱਲ੍ਹ ਪੈਕਿੰਗ ਵਾਲੇ ਦੁੱਧ ਦੀ ਗੱਲ ਕਰਦੇ ਹਾਂ ਤਾਂ ਉਹ ਫੋਰਟੀਫਾਈਡ ਹੁੰਦੇ ਨੇ, ਮਤਲਬ ਉਹਨਾਂ ਦੇ ਵਿੱਚ ਵਿਟਾਮਿਨ ਡੀ ਮਿਲਾਇਆ ਗਿਆ ਹੁੰਦਾ। ਤੁਸੀਂ ਪੈਕਟ ਦੇਖ ਸਕਦੇ ਹੋ ਵੀ ਜਿਹੜਾ ਤੁਸੀਂ ਦੁੱਧ ਦਾ ਪੈਕਟ ਲੈ ਕੇ ਆਏ ਹੋ, ਕਈਆਂ ਦੇ ਉੱਪਰ ਤਾਂ ਲਿਖਿਆ ਹੁੰਦਾ ਹੈ, ਉੱਪਰ F+ ਲਿਖਿਆ ਹੁੰਦਾ ਹੈ, ਤੇ ਉਸਦਾ ਨੀਚੇ ਵੀ ਮੈਂਸ਼ਨ ਕੀਤਾ ਹੁੰਦਾ ਹੈ ਕਿ ਫੋਰਟੀਫਾਈਡ ਵਿਦ ਵਿਟਾਮਿਨ ਡੀ ਜਾਂ ਵਿਟਾਮਿਨ ਏ। ਸੋ ਤੁਸੀਂ ਇਹ ਜਿਹੜੇ ਮਿਲਕ ਨੇ ਸਾਡੇ ਫੋਰਟੀਫਾਈਡ ਚੀਜ਼ਾਂ ਪ੍ਰੋਡਕਟ ਮਿਲ ਰਿਹਾ ਉਹਦੇ ਥਰੂ ਵੀ ਤੁਹਾਨੂੰ ਵਿਟਾਮਿਨ ਡੀ ਮਿਲ ਜਾਂਦਾ ਹੈ, ਜਾਂ ਆਪਾਂ ਗੱਲ ਕਰੀਏ ਫੈਟੀ ਫਿਸ਼ ਹੈ, ਸੋ ਇਸ ਤਰ੍ਹਾਂ ਦੇ ਆਪਾਂ ਕੁਝ ਚੀਜ਼ਾਂ ਕਹਿ ਸਕਦੇ ਹਾਂ, ਜਾਂ ਫਿਰ ਵਿਟਾਮਿਨ ਡੀ ਦਾ ਤੁਸੀਂ ਸਪਲੀਮੈਂਟ ਜੋ ਹੈ ਡਾਕਟਰ ਦੀ ਸਲਾਹ ਦੇ ਨਾਲ ਲੈ ਸਕਦੇ ਹੋ, ਬਹੁਤ ਅੱਛਾ ਹੋਏਗਾ ਜੇਕਰ ਤੁਸੀਂ ਨੈਚੁਰਲ ਵੇ ਦੇ ਨਾਲ ਹੀ ਵਿਟਾਮਿਨ ਡੀ ਨੂੰ ਪੂਰਾ ਕਰੋ। ਪਰ ਇੱਥੇ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਅੱਜ ਕੱਲ੍ਹ ਵਿਟਾਮਿਨ ਡੀ ਦੀ ਕਮੀ ਬਹੁਤ ਲੋਕਾਂ ਵਿੱਚ ਪਾਈ ਜਾ ਰਹੀ ਹੈ, ਤਾਂ ਤੁਸੀਂ ਆਪਣਾ ਟੈਸਟ ਵੀ ਕਰਵਾ ਕੇ ਜ਼ਰੂਰ ਦੇਖ ਸਕਦੇ ਹੋ ਵਿਟਾਮਿਨ ਡੀ ਦਾ, ਤਾਂ ਕਿ ਤੁਹਾਨੂੰ ਪਤਾ ਚੱਲੇ ਕਿ ਵਿਟਾਮਿਨ ਡੀ ਦੀ ਕਮੀ ਤਾਂ ਨਹੀਂ ਚੱਲ ਰਹੀ ਹੈ। ਜੇਕਰ ਤੁਹਾਡੀ ਬੋਡੀ ਵਿੱਚ ਵਿਟਾਮਿਨ ਡੀ ਦੀ ਕਮੀ ਹੈ ਤਾਂ ਜ਼ਰੂਰ ਤੁਸੀਂ ਪਹਿਲਾਂ ਸਪਲੀਮੈਂਟ ਦੇ ਨਾਲ ਉਸ ਕਮੀ ਨੂੰ ਪੂਰਾ ਕਰੋ ਡਾਕਟਰ ਦੀ ਸਲਾਹ ਨਾਲ। ਮੈਂ ਫਿਰ ਤੋਂ ਕਹੂੰਗੀ ਕਿ ਤੁਸੀਂ ਪਹਿਲਾਂ ਡਾਕਟਰ ਦੀ ਸਲਾਹ ਟੈਸਟ ਚਾਹੇ ਤੁਸੀਂ ਖੁਦ ਕਰਵਾ ਲਓ, ਅਗਰ ਉਸਦੇ ਵਿੱਚ ਤੁਹਾਡੇ ਵਿਟਾਮਿਨ ਡੀ ਘੱਟ ਆ ਰਿਹਾ ਤਾਂ ਡਾਕਟਰ ਨਾਲ ਕੰਸਲਟ ਕਰੋ ਔਰ ਵਿਟਾਮਿਨ ਡੀ ਦਾ ਸਪਲੀਮੈਂਟ ਤੁਸੀਂ ਜ਼ਰੂਰ ਲਓ, ਤਾਂ ਕਿ ਜਿਹੜੀ ਕਮੀ ਚੱਲ ਰਹੀ ਸੀ ਪਹਿਲਾਂ ਦੀ ਉਹ ਪੂਰੀ ਹੋ ਜਾਏ, ਤੇ ਉਸ ਤੋਂ ਬਾਅਦ ਤੁਸੀਂ ਆਪਣੀ ਡਾਇਟ ਦੇ ਨਾਲ ਫੋਰਟੀਫਾਈਡ, ਜਿਵੇਂ ਮੈਂ ਮਿਲਕ ਦੀ ਗੱਲ ਕੀਤੀ ਹੈ, ਧੁੱਪ ਦੇ ਵਿੱਚ ਬੈਠ ਕੇ ਆਪਣੇ ਵਿਟਾਮਿਨ ਡੀ ਨੂੰ ਕੰਟੀਨਿਊ ਆਪਣੀ ਬੋਡੀ ਵਿੱਚ ਪੂਰਾ ਰੱਖੋ। ਢੇਰੋ ਕੰਮ ਵਿਟਾਮਿਨ ਡੀ ਕਰਦਾ ਸਾਡੇ ਲਈ, ਉਸਦੇ ਲਈ ਮੈਂ ਸਪੈਸ਼ਲ ਵੀਡੀਓ ਬਣਾ ਚੁੱਕੀ ਹਾਂ ਆਲਰੇਡੀ, ਤੁਸੀਂ ਮੇਰੇ ਪੇਜ ਤੇ ਜਾਂ ਮੇਰੇ ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਤੇ ਜਾ ਕੇ ਵੀ ਪ੍ਰੋਪਰ ਵਿਟਾਮਿਨ ਡੀ ਦੇ ਉੱਪਰ ਜੋ ਵੀਡੀਓ ਬਣਾਈ ਹੈ ਉਹ ਦੇਖ ਸਕਦੇ ਹੋ। ਅੱਗੋਂ ਗੱਲ ਕਰੀਏ ਵਿਟਾਮਿਨ ਈ, ਵਿਟਾਮਿਨ ਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਹੇਅਰ ਦੇ ਲਈ, ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਹੇਅਰ ਗਰੋਥ ਦੇ ਲਈ, ਉਹ ਜਿਹੜਾ ਸਾਡਾ ਹੇਅਰ ਡੈਮੇਜ ਹੋ ਰਿਹਾ ਹੁੰਦਾ ਨਾ ਉਸਨੂੰ ਰਿਕਵਰ ਕਰਨ ਦੇ ਲਈ ਵੀ ਵਿਟਾਮਿਨ ਈ ਬਹੁਤ ਕੰਮ ਕਰਦਾ ਹੈ। ਰਿਪੇਅਰ ਕਰਨਾ, ਅਸੀਂ ਸ਼ੈਂਪੂ ਤਾਂ ਖਰੀਦ ਲਿਆਉਂਦੇ ਹਾਂ ਜਿਸ ਉੱਪਰ ਇੰਨੀ ਐਡ ਕੀਤੀ ਜਾਂਦੀ ਹੈ ਕਿ ਹੇਅਰ ਰਿਪੇਅਰ ਕਰਨਾ, ਤਾਂ ਤੁਸੀਂ ਇਹ ਸਾਡਾ ਫਾਰਮੂਲਾ ਲਓ, ਪਰ ਤੁਸੀਂ ਆਪਣੇ ਹੇਅਰਸ ਨੂੰ ਰਿਪੇਅਰ ਖੁਦ ਹੀ ਕਰ ਸਕਦੇ ਹੋ ਵਿਟਾਮਿਨ ਈ ਜੇਕਰ ਆਪਣੀ ਡਾਇਟ ਵਿੱਚ ਤੁਸੀਂ ਸ਼ਾਮਿਲ ਕਰ ਲੈਂਦੇ ਹੋ। ਸਕੈਲਪ ਨੂੰ ਵੀ ਸਾਡੇ ਨਰਿਸ਼ ਕਰਕੇ ਰੱਖਦਾ ਹੈ ਵਿਟਾਮਿਨ ਈ, ਵਿਟਾਮਿਨ ਈ ਦੇ ਢੇਰੋ ਹੋਰ ਵੀ ਫਾਇਦੇ ਆ ਸਾਡੇ ਸਕਿਨ ਦੇ ਲਈ ਵੀ, ਇਸ ਦੇ ਬਹੁਤ ਸਾਰੇ ਫਾਇਦੇ ਨੇ। ਆਪਾਂ ਅੱਜ ਜਿਵੇਂ ਸਿਰਫ ਹੇਅਰਸ ਦੀ ਗੱਲ ਕਰਦੇ ਹਾਂ ਤਾਂ ਤੁਹਾਡੀ ਬ੍ਰੇਕੇਜ ਨੂੰ ਰੋਕਦਾ ਹੈ, ਗਰੋਥ ਨੂੰ ਪ੍ਰਮੋਟ ਕਰਦਾ ਹੈ, ਤੇ ਇਸ ਦੇ ਨਾਲ ਹੀ ਜਦ ਦੇਖੋ ਬ੍ਰੇਕੇਜ ਰੁਕ ਜਾਏਗੀ, ਵਾਲਾਂ ਦਾ ਟੁੱਟਣਾ ਰੁਕ ਜਾਏਗਾ ਤੇ ਗਰੋਥ ਹੋਣੀ ਸ਼ੁਰੂ ਹੋ ਜਾਏਗੀ, ਤਾਂ ਤੁਹਾਡੇ ਵਾਲ ਆਪਣੇ ਆਪ ਹੈਲਦੀ ਦਿਖਣ ਹੀ ਵਾਲੇ ਨੇ, ਬਹੁਤ ਸੋਹਣੇ ਵਧੀਆ ਲੰਬੇ ਘਣੇ ਵਾਲ ਜੋ ਹੈ ਹੋਣ ਹੀ ਵਾਲੇ ਨੇ। ਸੋ ਇਸ ਲਈ ਤੁਸੀਂ ਕੀ ਕੁਛ ਆਪਣੀ ਡਾਇਟ ਵਿੱਚ ਸ਼ਾਮਿਲ ਕਰਨਾ, ਦੇਖੋ ਵੈਜੀਟੇਬਲ ਆਇਲਸ ਜਿਹੜੇ ਸੀਡ ਆਇਲ ਹੁੰਦਾ, ਇਹਨਾਂ ਦੇ ਵਿੱਚ ਵਿਟਾਮਿਨ ਈ ਮਿਲ ਜਾਂਦਾ, ਤਾਂ ਤੁਸੀਂ ਆਪਣੀ ਡਾਇਟ ਵਿੱਚ ਨਟਸ ਐਂਡ ਸੀਡਸ ਸ਼ਾਮਿਲ ਕਰੋ, ਤੁਹਾਨੂੰ ਵਿਟਾਮਿਨ ਈ ਅੱਛੀ ਮਾਤਰਾ ਵਿੱਚ ਮਿਲ ਜਾਏਗਾ। ਲੀਫੀ ਵੈਜੀਟੇਬਲਸ ਨੇ, ਹੋਲ ਗ੍ਰੇਨ, ਸਾਬਤ ਅਨਾਜ ਜਿਹੜੇ ਹੁੰਦੇ ਨੇ, ਇਹਨਾਂ ਤੋਂ ਤੁਹਾਨੂੰ ਵਿਟਾਮਿਨ ਈ ਮਿਲਣ ਵਾਲਾ ਹੈ। ਸੋ ਦੇਖੋ ਸਭ ਤੋਂ ਈਜ਼ੀ ਰਹਿੰਦਾ ਹੈ, ਬਦਾਮ ਹੈ, ਅਖਰੋਟ ਹੈ, ਰਾਤ ਨੂੰ ਪਿਓ, ਸਵੇਰੇ ਬਦਾਮ ਦਾ ਛਿਲਕਾ ਉਤਾਰ ਕੇ ਤੁਸੀਂ ਖਾ ਲਓ, ਅਖਰੋਟ ਖਾਓ, ਦਿਨ ਦੇ ਵਿੱਚ ਇੱਕ ਅੱਧੀ ਵਾਰ ਤੁਸੀਂ ਸੀਡਸ ਖਾ ਸਕਦੇ ਹੋ। ਦੇਖੋ ਅਲਸੀ ਦੇ ਬੀਜ ਹੈ, ਪੰਪਕਿਨ ਸੀਡਸ ਨੇ, ਇਹ ਰਲੀਆਂ ਮਿਲੀਆਂ ਚੀਜ਼ਾਂ ਅਗਰ ਤੁਸੀਂ ਖਾਂਦੇ ਰਹੋਗੇ ਨਾ, ਤਾਂ ਤੁਹਾਡੇ ਡੇਲੀ ਦੀ ਵਿਟਾਮਿਨ ਈ ਦੀ ਰਿਕੁਆਇਰਮੈਂਟ ਆਪਣੇ ਆਪ ਹੀ ਪੂਰੀ ਹੁੰਦੀ ਰਹੇਗੀ, ਤੇ ਉਸਦੇ ਨਾਲ ਤੁਹਾਡੇ ਸਿਰਫ ਹੇਅਰਸ ਹੀ ਨਹੀਂ, ਤੁਹਾਡੀਆਂ ਅੱਖਾਂ ਜਿਹੜੀਆਂ ਉਹ ਵੀ, ਉਹਨਾਂ ਦੀ ਵੀ ਸ਼ਕਤੀ ਵਧੀਆ ਬਣੀ ਰਹੇਗੀ, ਤੇ ਉਮਰ ਵਧਣ ਦੇ ਨਾਲ ਨਾਲ ਤੁਹਾਡੀ ਆਈਸਾਈਡ ਵੀਕ ਨਹੀਂ ਹੋਏਗੀ, ਜੇਕਰ ਤੁਸੀਂ ਆਪਣੀ ਡਾਇਟ ਵਿੱਚ ਵਿਟਾਮਿਨ ਏ, ਵਿਟਾਮਿਨ ਈ ਅੱਛੀ ਮਾਤਰਾ ਵਿੱਚ ਰੱਖਦੇ ਹੋ।
ਸੋ ਵਿਟਾਮਿਨ ਈ ਬਾਰੇ ਗੱਲ ਕੀਤੀ, ਅੱਗੋਂ ਗੱਲ ਹੈ ਵਿਟਾਮਿਨ ਕੇ। ਵਿਟਾਮਿਨ ਕੇ ਦਾ ਆਪਣੇ ਆਪ ਵਿੱਚ ਬਹੁਤ ਵੱਡਾ ਰੋਲ ਹੈ। ਦੇਖੋ ਜਿਹੜੀ ਬਲੱਡ ਸਰਕੂਲੇਸ਼ਨ ਹੈ ਸਾਡੇ ਜਿਹੜੀ ਹੇਅਰ ਰੂਟਸ ਦੇ ਵਿੱਚ, ਬਲੱਡ ਸਰਕੂਲੇਸ਼ਨ ਅਗਰ ਵਧੀਆ ਰਹੇਗੀ ਤਾਂ ਆਪਣੇ ਆਪ ਹੀ ਜੋ ਹੈ ਬਲੱਡ ਸਰਕੂਲੇਸ਼ਨ ਦੇ ਨਾਲ ਹੇਅਰ ਗਰੋਥ ਅੱਛੀ ਬਣੀ ਹੀ ਰਹੇਗੀ। ਤੇ ਬਲੱਡ ਸਰਕੂਲੇਸ਼ਨ ਨੂੰ ਸਹੀ ਕਰਨ ਦੇ ਵਿੱਚ ਵੀ ਵਿਟਾਮਿਨ ਕੇ ਜੋ ਹੈ ਆਪਣਾ ਰੋਲ ਪਲੇ ਕਰਦਾ ਹੈ, ਇਹਦੇ ਨਾਲ ਤੁਹਾਡੀ ਹੇਅਰ ਗਰੋਥ ਵੀ ਹੁੰਦੀ ਹੈ। ਤੇ ਇਸ ਲਈ ਤੁਸੀਂ ਦੇਖੋ, ਵੈਸੇ ਐਗ ਹੈ, ਮਿਲਕ ਹੈ, ਪਾਲਕ, ਬਰੋਕਲੀ ਕਿਹਾ ਜਾਂਦਾ, ਪਰ ਅਗਰ ਤੁਸੀਂ ਅੱਛੀ ਮਾਤਰਾ ਵਿੱਚ ਫਾਈਬਰ ਵਾਲੀ ਚੀਜ਼ਾਂ ਵੀ ਖਾ ਰਹੇ ਹੋ ਤਾਂ ਜਿਹੜਾ ਤੁਹਾਡਾ ਗਟ ਬੈਕਟੀਰੀਆ ਹੈ, ਜਿਹੜਾ ਸਾਡਾ ਗਟ ਬੈਕਟੀਰੀਆ ਹੈ, ਚੰਗਾ ਫਾਈਬਰ ਅਗਰ ਤੁਸੀਂ ਖਾ ਰਹੇ ਹੋ ਉਸ ਦੇ ਨਾਲ ਉਸ ਗਟ ਬੈਕਟੀਰੀਆ ਨੂੰ ਡਾਈਟ ਮਿਲਦੀ ਹੈ ਤੇ ਗਟ ਬੈਕਟੀਰੀਆ ਸਾਡੇ ਲਈ ਵਿਟਾਮਿਨ ਕੇ ਆਟੋਮੈਟਿਕਲੀ ਬਣਾ ਦਿੰਦਾ ਹੈ। ਜੀ ਹਾਂ, ਸਾਡੀ ਬਾਡੀ ਵਿੱਚ ਹੀ ਵਿਟਾਮਿਨ ਕੇ ਬਣਦਾ ਰਹਿੰਦਾ ਹੈ। ਪਰ ਜਿੱਥੇ ਡਾਈਟ ਅੱਛੀ ਨਹੀਂ ਹੁੰਦੀ ਹੈ, ਤੁਸੀਂ ਸਿਰਫ ਬਾਹਰਲਾ ਖਾਣਾ ਖਾ ਰਹੇ ਹੋ, ਜੰਕ ਫੂਡ ਖਾ ਰਹੇ ਹੋ, ਫਰਾਈ ਚੀਜ਼ਾਂ ਖਾ ਰਹੇ ਹੋ, ਫਾਈਬਰ ਹੈ ਹੀ ਨਹੀਂ ਤੁਹਾਡੀ ਡਾਈਟ ਵਿੱਚ, ਤੇ ਜਿਹੜਾ ਸਾਡਾ ਗਟ ਬੈਕਟੀਰੀਆ ਉਸਨੂੰ ਡਾਈਟ ਨਹੀਂ ਮਿਲਦੀ ਹੈ, ਤਾਂ ਵਿਟਾਮਿਨ ਕੇ ਵੀ ਬੋਡੀ ਆਪਣੇ ਆਪ ਨਹੀਂ ਬਣਾ ਪਾਉਂਦੀ ਹੈ। ਸੋ ਇਸ ਲਈ ਕਿਹਾ ਜਾਂਦਾ ਹੈ ਸਾਫ ਸੁਥਰਾ ਘਰ ਦਾ ਖਾਣਾ ਖਾਓ, ਜ਼ਿਆਦਾ ਤੋਂ ਜ਼ਿਆਦਾ ਸਲਾਦ ਔਰ ਫਰੂਟਸ ਖਾਓ। ਫਰੂਟਸ ਹਾਲਾਂਕਿ ਥੋੜੇ ਘੱਟ ਤੁਸੀਂ ਇੱਕ ਟਾਈਮ ਵੀ ਖਾਓ ਤਾਂ ਚੱਲ ਜਾਏਗਾ, ਕਿਉਂਕਿ ਉਸਦੇ ਵਿੱਚ ਮਿੱਠਾ ਬਹੁਤ ਹੁੰਦਾ ਹੈ ਜਿਸਦੇ ਨਾਲ ਤੁਹਾਨੂੰ ਕਾਰਬੋਹਾਈਡਰੇਟਸ ਬਹੁਤ ਜ਼ਿਆਦਾ ਮਿਲਣ ਲੱਗਦੇ ਨੇ। ਤੇ ਤੁਸੀਂ ਸੈਲਡ ਅਗਰ ਜ਼ਿਆਦਾ ਖਾਂਦੇ ਹੋ ਤਾਂ ਤੁਹਾਨੂੰ ਬਹੁਤ ਅੱਛਾ ਜੋ ਹੈ ਤੁਹਾਡਾ ਡਾਈਜੈਸ਼ਨ ਵੀ ਅੱਛਾ ਰਹੇਗਾ, ਤੁਹਾਡਾ ਓਵਰਆਲ ਸਿਸਟਮ ਵਧੀਆ ਬਣਿਆ ਰਹੇਗਾ। ਤੇ ਇਹ ਦੇਖੋ 5 ਵਿਟਾਮਿਨ ਦੀ ਮੈਂ ਗੱਲ ਕੀਤੀ ਹੈ, ਵਿਟਾਮਿਨ ਏ, ਵਿਟਾਮਿਨ ਬੀ, ਵਿਟਾਮਿਨ ਈ ਦੀ ਆਪਾਂ ਗੱਲ ਕੀਤੀ ਹੈ, ਵਿਟਾਮਿਨ ਕੇ ਦੀ ਗੱਲ ਕੀਤੀ ਹੈ ਤੇ ਵਿਟਾਮਿਨ ਡੀ ਦੀ ਗੱਲ ਕੀਤੀ ਹੈ। ਸੋ ਇਹ 5 ਵਿਟਾਮਿਨ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ, ਔਰ ਇਹ ਨਾ ਸੋਚੋ ਕਿ ਇੱਕ ਦਿਨ ਖਾਇਆ, 2 ਦਿਨ ਖਾਇਆ ਤੇ ਤੀਜੇ ਦਿਨ ਸਾਨੂੰ ਰਿਜ਼ਲਟ ਮਿਲ ਜਾਏਗਾ, ਤੇ ਤੁਸੀਂ ਸੋਚੋ ਮੈਂ ਤਾਂ ਖਾ ਰਹੀ ਹਾਂ, ਰਿਜ਼ਲਟ ਕੁਛ ਨਹੀਂ ਦਿਖ ਰਿਹਾ। ਕੰਟੀਨਿਊ ਜਿਵੇਂ ਅਸੀਂ ਡੇਲੀ ਸਾਹ ਲੈਣਾ ਸਾਡੇ ਲਈ ਜ਼ਰੂਰੀ ਹੈ, ਉਸੇ ਤਰ੍ਹਾਂ ਨਾਲ ਡੇਲੀ ਦੀ ਬੈਲੈਂਸ ਡਾਈਟ ਹੋਣਾ ਸਾਡੀ ਬਹੁਤ ਜ਼ਿਆਦਾ ਜ਼ਰੂਰੀ ਹੈ। ਬੈਲੈਂਸ ਡਾਈਟ ਉਹੀ ਹੁੰਦੀ ਹੈ ਕਿ ਤੁਹਾਡੀ ਬੋਡੀ ਵੇਟ ਦੇ ਹਿਸਾਬ ਨਾਲ, ਤੁਹਾਡੀ ਹਾਈਟ ਦੇ ਹਿਸਾਬ ਦੇ ਨਾਲ ਤੁਸੀਂ ਪ੍ਰੋਪਰ ਵੇ ਦੇ ਵਿੱਚ ਦਿਨ ਦੇ ਵਿੱਚ ਵਿਟਾਮਿਨਸ, ਮਲਟੀ ਵਿਟਾਮਿਨਸ ਜੋ ਆਪਾਂ ਗੱਲ ਕਰ ਲਈਏ, ਪ੍ਰੋਟੀਨ ਹੈ, ਕਾਰਬੋਹਾਈਡਰੇਟ ਹੈ, ਫੈਟ ਹੈ, ਇਹ ਸਭ ਚੀਜ਼ਾਂ ਤੁਸੀਂ ਸਹੀ ਢੰਗ ਦੇ ਨਾਲ ਲੈ ਰਹੇ ਹੋਵੋਗੇ ਤਾਂ ਹੀ ਤੁਹਾਡੀ ਬੋਡੀ ਦੀ ਫੰਕਸ਼ਨਿੰਗ ਇੰਨੀ ਵਧੀਆ ਰਹੇਗੀ ਕਿ ਤੁਹਾਨੂੰ ਬਾਹਰੋਂ ਕੋਈ ਸਪਲੀਮੈਂਟ ਖਾਣ ਦੀ ਔਰ ਲਗਾਉਣ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਪੈਣ ਵਾਲੀ। ਸੋ ਅਗਰ ਤੁਸੀਂ ਵੀ ਝੜਦੇ ਵਾਲਾਂ ਤੋਂ ਪਰੇਸ਼ਾਨ ਸੀ, ਹੇਅਰ ਗਰੋਥ ਨਹੀਂ ਹੋ ਪਾ ਰਹੀ, ਇਸ ਤੋਂ ਪਰੇਸ਼ਾਨ ਸੀ, ਬਹੁਤ ਸਾਰੇ ਮਹਿੰਗੇ ਮਹਿੰਗੇ ਪ੍ਰੋਡਕਟਸ ਲੈ ਕੇ ਥੱਕ ਚੁੱਕੇ ਔਰ ਲਗਾ ਕੇ, ਸ਼ੈਂਪੂ, ਆਇਲਸ, ਕੰਡੀਸ਼ਨਰਸ ਲਗਾ ਕੇ ਦੇਖ ਚੁੱਕੇ, ਕੋਈ ਫਰਕ ਨਹੀਂ ਲੱਗ ਰਿਹਾ ਸੀ, ਤਾਂ ਅੱਜ ਮੇਰੀ ਗੱਲ ਮੰਨ ਕੇ ਆਪਣੀ ਡਾਈਟ ਵਿੱਚ ਇਹ ਚੀਜ਼ਾਂ ਸ਼ਾਮਿਲ ਕਰਕੇ ਵੀ ਦੇਖੋ, ਤੁਹਾਨੂੰ ਜ਼ਰੂਰ ਰਿਜ਼ਲਟ ਦਿਖੇਗਾ, ਇਕਦਮ ਨਹੀਂ, ਹੌਲੀ ਹੌਲੀ, ਪਰ ਜਦ ਤੁਸੀਂ ਕੰਟੀਨਿਊ ਰੱਖੋਗੇ ਆਪਣੀ ਇਸ ਡਾਈਟ ਨੂੰ ਤਾਂ ਤੁਹਾਡੇ ਹੇਅਰਸ ਹੀ ਨਹੀਂ, ਓਵਰਆਲ ਬੋਡੀ ਤੁਹਾਡੀ ਹੈਲਦੀ ਹੋਣ ਵਾਲੀ ਹੈ। ਵੀਡੀਓ ਅੱਜ ਦੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ, ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਦਿਓ, ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ। ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ, ਫਿਲਹਾਲ ਹੀ ਦਿਓ ਜੀ ਇਜਾਜ਼ਤ, ਸਤਿ ਸ੍ਰੀ ਅਕਾਲ।